ਵੀ ਸਾਨੂੰ ਭੁੱਲ ਅੱਲਾ ਦੀ ਸੋਈ ਦੇ ਨਾਮੀ ਸੱਜਣਾ ਲੰਮੀ ਕਾਕਾ ਮਿਲਾ ਚੋਣ ਦੋ ਜਾਨੀ ਜੇ ਮੈਂ ਡਿੱਗ ਪਏ ਨਾ ਕਹਿਣਾ ਕੁਛ ਨੀ ਮੈਂ ਤੈਨੂੰ ਮਾਰਨਾ ਬਹੁਤ ਹੈ ਇੱਕ ਤੇ ਨਾ ਆ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਨਾਚਦਾ ਕਰਿਆ ਕਰ ਇੱਥੇ ਕਿੰਨੀ ਦਿੰਦਾ ਤੂੰ ਯਾਰ ਇਹ ਸ਼ੋ ਦੀ ਇਹ ਹੋਈ ਬੁਰੀ ਗੱਲ ਮੈਂ ਅੰਮੀ ਇੱਥੇ ਜਦੋਂ ਆਇਆ ਮੈਂ ਚੁੱਕੇ ਗਏ ਹਾਂ ਇਹ ਬਾਰ ਬਾਰ ਤੁਸੀਂ ਇਹਦੇ ਕੋਲੋਂ ਕੀ ਉਹਨੂੰ ਆਉਣਾ ਕੀ ਕਰਾਉਣਾ ਹੈ ਦੁਸ਼ਮਣ ਕੋ ਬਦਲਾ ਲੈ ਕੇ ਆਪਣਾ ਪੈਂਪਰ ਕਮਾਉਣ ਵਾਲੇ ਉਹ ਮੇਰੀ ਗੱਲ ਸੁਣੀ ਵੇਖੋ ਆਪਣਾ ਹੱਥ ਲਾਉਂਦੇ ਐ ਲੱਗਦਾ ਤੁਹਾਨੂੰ ਉਧਰ ਪੁੱਛਣ ਦੇ ਭਾਜੀ ਤੋਲ ਦਵਾ ਕਿਲੋ ਫੈ ਬੜਾ ਪਤਨੀ ਦੇ ਦਾਨੀ ਅੱਛਾ ਇਹਨੂੰ ਤੁਹਾਡੇ ਹੱਥ ਵਾਲ ਪ੍ਰੋਬਲਮ ਆ ਕੋਈ ਇਹਦਾ ਹੱਥ ਹੋਣਾ ਕਿੰਨੇ ਭਰਾ ਦੱਸੇ ਸੀ ਆਪਣੇ ਕਿਉਂ ਤੁਹਾਡੇ ਵੱਲ ਦੰਦ ਲੈ ਕੇ ਆਣੀ ਹਾਂ ਪੁੱਛ ਲਿਆ ਇਹ ਵੈਸੇ ਭੁੱਲ ਗਿਆ ਲਵ ਯੂ ਕੋਟ ਸਾਹਿਬ ਖੋਤਿਆ ਆਪ ਦੇਖ ਰਹੇ ਜਾਨੀ ਕੀ ਚਾਹ ਜੀ ਹਮਾਰੇ ਸਾਥ ਮੁਹੰਮਦ ਜਵੇਦ ਕੋਡੂ ਸਾਹਿਬ ਹਮਾਰੇ ਗੈਸਟ ਹੈ ਕੋਈ ਐਸਾ ਕੰਮ ਲਾਈਫ 'ਚ ਜਿਹੜਾ ਤੁਸੀਂ ਕਰਨਾ ਚਾਹੁੰਦੇ ਸੀ ਔਰ ਨਹੀਂ ਹੋਇਆ ਅੱਜ ਤੱਕ ਪੱਖੇ ਦਾ ਵੱਧ ਘੱਟ ਕਰਨ ਵਾਲਾ ਬਸ ਉੱਤੇ ਹੱਥ ਹੀ ਨਹੀਂ ਪਹੁੰਚਿਆ ਅੱਛਾ ਯਾਰ ਮਜ਼ਾਕ ਤੋਂ ਇਲਾਵਾ ਫਿਰ ਉਹ ਅੱਗੋਂ ਨਾ ਕੋਈ ਤੁਹਾਡੀ ਇੱਕ ਗੱਲ ਤੋਂ ਬਾਅਦ ਉਹਨਾਂ ਕੋਲ 40 ਹੁੰਦੀਆਂ ਨੇ ਹਾਂਜੀ ਹਾਂਜੀ ਸਰ ਲਓ ਜੀ ਮੇਰਾ ਇੱਕ ਖੁਆਇਸ਼ ਹੈਗੀ ਕਿ ਮੇਰੀ ਜਾਨ ਮਦੀਨਾ ਪਾਕ ਨਿਕਲੇ ਵਾਹ ਵਾਹ ਆਮੀਨ ਤੇ ਉਸ ਤੋਂ ਪਹਿਲੇ ਅੱਲਾ ਪਾਕ ਮੈਨੂੰ ਇਹਨਾਂ ਕੇ ਇਨਾਇਤ ਕਰਦੇ ਜਿਹੜੇ ਜਿਹੜੇ ਡਿਜ਼ਰਵਿੰਗ ਪਰਸਨ ਨੇ ਨਾ ਉਹਨਾਂ ਨੂੰ ਮੈਂ ਆਪਣਾ ਘਰ ਲੈ ਕੇ ਦੇ ਵਾਹ 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 ਕੋਡੂ ਸਾਹਿਬ ਤੁਹਾਨੂੰ ਪਤਾ ਮੈਂ ਇਹ ਸ਼ੁਰੂ ਕਰ ਰਿਹਾ ਇੱਕ ਸਿਲਸਿਲਾ ਅੱਲਾ ਪਾਕ ਬਹੁਤ ਬਰਕਤ ਔਰ ਮੈਂ ਬੜਾ ਇੱਕ ਐਸਾ ਤਰੀਕਾ ਉਹਦੇ 'ਚ ਕਿ ਕਿਸੇ ਦੇ ਪੈਸੇ ਵੀ ਨਹੀਂ ਇੰਨੇ ਲੱਗਣੇ ਤੇ ਮਾੜ ਜਿਹਨਾਂ ਦਾ ਘਰ ਨਹੀਂ ਉਹਨਾਂ ਨੂੰ ਘਰ ਵੀ ਮਿਲ ਜਾਣਾ ਅੱਲਾ ਪਾਕ ਬਹੁਤ ਔਰ ਇਨਸ਼ਾਅੱਲਾ ਮੈਂ ਉਹ 'ਤੇ ਕਰ ਰਿਹਾ ਅਮਲ ਤੇ ਅਨ ਕਰੀਬ ਉਹ ਨਾ ਮੈਂ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਦੇਖੋ ਕੋਡੂ ਸਾਹਿਬ ਇਸ ਤਰੀਕੇ ਨਾਲ ਮੈਂ ਲੈ ਕੇ ਦੇ ਰਿਹਾ ਕਿ ਕੁਛ ਵੀ ਨਹੀਂ ਕਿਸੇ ਨੇ ਦਿੱਤਾ ਤੇ ਅੱਲਾ ਨੇ ਸਾਰਾ ਕੁਛ ਦੇ ਸਾਰਾ ਕੁਝ ਦੇ ਕਿਸੇ ਨੂੰ ਕੋਈ ਫਰਕ ਵੀ ਨਹੀਂ ਪਿਆ ਇਹੋ ਹੀ ਹੋਣਾ ਯੈਸ ਇਹੋ ਹੀ ਹੋਣਾ ਤੁਸੀਂ 1,000 ਰੁਪਇਆ ਕਿਸੇ ਦੇ ਘਰ ਵਾਸਤੇ ਦੇ ਦਿੱਤਾ ਤੇ ਉਹਦਾ ਘਰ ਬਣ ਗਿਆ ਨਹੀਂ ਵੀ ਬਣਿਆ ਤੇ ਤੁਹਾਡਾ 1,000 ਰੁਪਇਆ ਹੀ ਗਿਆ ਨਾ ਇੰਜ ਤਾਂ ਮੈਂ ਕੋਈ ਸਕੀਮ ਲਾ ਰਿਹਾ ਮੈਂ ਕਹਿੰਦਾ ਬਹੁਤ ਅੱਛੀ ਬੜੀ ਖੁਸ਼ ਨਸੀਬੀ ਦੀ ਗੱਲ ਹੈ ਕਿ ਅੱਛਾ ਮੇਰੇ ਮਗਰ ਲਗੜ ਤੁਸੀਂ ਪਏ ਬਸ ਸਰ ਉਹਨਾਂ ਦਾ ਪੂਰਾ ਘਰ ਵਾ ਸਰ ਉਹ ਆਸਟ੍ਰੇਲੀਅਨ ਕੋਡੂ ਨੇ ਪੂਰਾ ਘਰ ਮਾਸ਼ਾ ਅੱਲਾਹ ਦਾ ਯਾਰ ਅੱਖ ਨਾ ਮਾਰ ਮੈਂ ਮਾਰੋ ਤੇ ਉਹ ਸੇਬ ਵਾਲੀ ਟ੍ਰੇ ਬਾਹਰ ਆ ਜਾਂਦੀ ਟ੍ਰੇ ਵੇਖੀ ਉਹਨਾਂ ਨੇ ਤੁਹਾਡੇ ਘਰ ਦੀ ਅਲਮਾਰੀ ਚੋਂ ਕੱਢਣੀ ਫੇਰ ਚੰਗਾ ਰਹੇਗਾ ਗਲਤੀ ਹੋ ਗਈ ਅੱਛਾ ਕੋਡੂ ਸਾਹਿਬ ਇਹ ਦੱਸੋ
ਤੁਸੀਂ ਬਹੁਤ ਲੋਕੀ ਮਤਲਬ ਹੁਣ ਤੇ ਮਾਸ਼ਾਅੱਲਾ ਤੁਹਾਨੂੰ ਲੋਕ ਜਾਣਦੇ ਨੇ, ਲੇਕਿਨ ਕਈ ਜਿਸ ਤਰ੍ਹਾਂ ਸਾਨੂੰ ਲੋਕ ਵਿਚਾਰੇ ਕੁਦਰਤੀ ਜਿਨ੍ਹਾਂ ਨੂੰ ਕੋਈ ਮਾਯੂਸੀ ਕੋਈ ਗੱਲਬਾਤ ਰਹਿ ਜਾਂਦੀ ਕਮੀ, ਜਿੱਦਾਂ ਤੁਹਾਡਾ ਕੱਦ ਆ, ਅਤੇ ਸਾਡੀ ਜਿਹੜੀ ਵਾਮ ਆ ਇਹ ਬਹੁਤ ਜ਼ਿਆਦਾ ਛੇੜਦੀ ਆ, ਉਹ ਨਿੱਕੇ ਉਹ ਗਿੱਠੇ ਉਹ ਕੌਡੂ ਉਹ ਫਲਾਣਾ, ਜੇ ਉਹ ਵਿਚਾਰੇ ਬਾਹਰ ਤੁਰੇ ਫਿਰਦੇ ਜਾਂਦੇ ਨੇ ਰਕਸ਼ੇ 'ਚ ਬਹਿਣ ਲੱਗਦੇ ਉਹ ਗੱਲ ਕਰ ਦਿੰਦਾ, ਟਾਂਗੇ 'ਚ ਬਹਿਣ ਲੱਗਦੇ ਸੀ ਉਹ ਗੱਲ ਕਰ ਦਿੰਦਾ, ਕਿਸੇ ਦੁਕਾਨਦਾਰ 'ਤੇ ਚੀਜ਼ ਲੈਣ ਗਏ ਉਹਨੇ ਗੱਲ ਕਰਤੀ, ਯਾਨੀ ਉਹਨਾਂ ਦੀ ਲਾਈਫ ਬੜੀ ਦਰਦਨਾਕ ਜਿਹੀ ਹੁੰਦੀ ਹੈ, ਉਹ ਸਾਡੀ ਆਪਣੇ ਭਰਾਵਾਂ ਦੀ ਵਜ੍ਹਾ ਤੋਂ, ਸਾਡੇ ਆਪਣੇ ਇਰਦ ਗਿਰਦ ਰਹਿਣ ਵਾਲਿਆਂ ਦੀ ਵਜ੍ਹਾ ਤੋਂ। ਤੁਹਾਨੂੰ ਕਦੀ ਕੋਈ ਐਸਾ ਵਾਕਿਆ ਕਿਸੇ ਦਾ ਜਿਹਦਾ ਬਹੁਤ ਦੁੱਖ ਹੋਇਆ ਹੋਵੇ ਕਿ ਯਾਰ ਬੰਦੇ ਨੇ ਮੈਨੂੰ ਇਹ ਗੱਲ ਕੀਤੀ ਆ ਜਾਂ ਇਸ ਤਰ੍ਹਾਂ? ਮੈਂ ਪੜ੍ਹ ਕੇ ਆ ਰਹੇ ਸਾਂ ਬੱਚਾ ਮੇਰੇ ਕੋਲ, ਓਕੇ, ਇੱਕ ਦੋ ਤਿੰਨ ਬੱਚੇ ਨਾ ਇੱਕ ਵੱਡੇ ਸਾਰੇ ਬੰਦੇ ਦੇ ਕੋਲ ਖੇਡਦੇ ਸਨ, ਓਕੇ, ਤੇ ਜਿਹਦੀ ਸੜਕ ਨੀ ਬਣਦੀ ਰੋੜੀ ਮੋਟੀ ਪੱਥਰ ਉਹ ਪਏ ਸਨ ਸੜਕ ਤੇ, ਠੀਕ ਹੈ, ਤੇ ਉਹ ਬੰਦੇ ਨੇ ਬਜਾਏ ਇਹ ਕਹਿੰਦੇ ਕਿ ਯਾਰ ਇਹਦਾ ਬਸਤਾ ਚੁੱਕ ਕੇ ਅੱਗੇ ਛਾਟੋ ਜਾਂ ਇਹਨੂੰ ਅੱਗੇ ਛਾਟੋ ਡਿੱਗਣਾ ਪਵੇ, ਤੇ ਉਹ ਬੱਚੇ ਨੂੰ ਕਹਿ ਰਹੇ ਸੀ ਮਾਰੋ ਇਹਨੂੰ ਪੱਥਰ, ਔਰ ਉਹਨਾਂ ਨੇ ਮੈਨੂੰ ਇਹੋ ਜਿਹੇ ਮਾਰੇ ਨੇ, ਮੈਨੂੰ ਯਾਦ ਆ ਜਾਏ ਹਾਲੇ ਵੀ ਯਾਦ ਆਉਂਦਾ ਤੁਹਾਨੂੰ, ਮੈਨੂੰ ਸਮਝ ਮਾਰ ਦਿੱਤੇ ਉਹਨਾਂ ਨੇ ਪੱਥਰ, ਸੱਚੀ ਪੁੱਛੀ ਮਾਰਤੇ ਨੇ, ਖੂਨ ਖੂਨ ਕਰਤਾ, ਕਿਉਂ ਪਾਸਾ ਨਹੀਂ ਵੱਡਾ ਇਕੱਲਾ ਸੀ ਕੋਈ, ਸਿਰਫ ਮੇਰਾ ਕੱਦ ਛੋਟਾ, ਨਹੀਂ ਤੇ ਉਹਨੂੰ ਸਮਝਾਉਣ ਵਾਲਾ ਉੱਥੇ ਕੋਈ ਨਹੀਂ ਸੀ, ਕਿਸੇ ਨੇ ਫੜਿਆ ਉਹਨੂੰ ਉੱਥੇ, ਉਹ ਮੇਰਾ ਉਹਨੂੰ ਇਸੇ ਚੀਜ਼ ਦਾ ਮਾਣ ਸੀ ਕਿ ਮੈਨੂੰ ਕੋਈ ਡੱਕ ਨਹੀਂ ਸਕਦਾ, ਤੇ ਕਈ ਡਰਾਮੇ 'ਚ ਐਸਾ ਹੋਇਆ ਕਿ ਅੱਲਾ ਨੇ ਐਡੀ ਕਰਮ ਨਵਾਜ਼ੀ ਕੀਤੀ ਹੈ ਤੇ ਉਹਨਾਂ ਨੇ ਮੈਨੂੰ ਬੱਚਿਆਂ ਵਾਲੀ ਪੇਮੈਂਟ ਦਿੱਤੀ। ਅਖਰਾਜਾਤ ਪੂਰੇ ਉਹਨਾਂ ਜਿੰਨੇ ਨੇ, ਕਿੱਧਰ ਗੱਲ ਜਾ ਰਹੀ ਹੈ ਜ਼ਿੰਦਗੀ 'ਚ, ਕਿਹੜੀ ਗੱਲ ਹੋ ਰਹੀ ਹੈ, ਤੁਸੀਂ ਉਸ ਹਿਸਾਬ ਨਾਲ ਗੱਲ ਕਰੋ, ਤੁਸੀਂ ਭੰਡ ਭੁੰਡ ਆਪਣਾ ਵਿੱਚ ਪਾ ਲਿਆ, ਮੈਨੂੰ ਐ ਲੱਗਾ ਉਹਨਾਂ ਨੇ ਕਿਹੜੀ ਗੱਲ ਸੁਣਾਈ ਹੈ, ਜਾਹਲ ਆਦਮੀ, ਮੈਨੂੰ ਲੱਗਾ ਵੀ ਬੈਂਡ ਅਪ ਹੋ ਗਿਆ, ਤੁਸੀਂ ਕਿਹਾ ਸੀ ਨਹੀਂ ਬੈਂਡ ਅਪ ਨਹੀਂ ਹੋ ਗਿਆ, ਬੈਂਡ ਅਪ ਤੇਰਾ ਹੋ ਜਾਣਾ ਮੇਰੇ ਹੱਥੋਂ, ਕਾਫੀ ਪਿੱਛੇ ਲੱਗ ਕੇ ਮੈਂ ਕਿਹਾ ਅੱਛਾ ਮੇਰਾ ਨਾਮ ਤੇ ਰੱਖ ਦੇ, ਮੈਂ ਤੁਹਾਡਾ ਹੀ ਸ਼ਿਕਾਇਤ ਹੋਣਾ, ਤੇ ਕਹਿੰਦੇ ਯਾਰ ਮੈਂ ਕਿਸੇ ਨੂੰ ਸ਼ਿਕਾਇਤ ਸ਼ਿਕੂਤ ਨਹੀਂ ਬਣਾਉਂਦਾ, ਤੇ ਮੈਨੂੰ ਆਪ ਨਹੀਂ ਆਉਂਦਾ, ਮੈਂ ਕਿਸੇ ਨੂੰ ਕੀ ਸਿਖਾਉਣਾ, ਮੈਂ ਕਿਹਾ ਅੱਛਾ ਮੇਰਾ ਦਿਲ ਕਰਦਾ ਮੈਂ ਤੁਹਾਡਾ ਹੀ ਸ਼ਿਕਾਇਤ ਹੋਵਾਂ, ਤੇ ਕਾਫੀ ਅਰਸੇ ਬਾਅਦ ਤਾਂ ਉਹਨਾਂ ਨੇ ਕਹਿ ਦੀ ਅੱਜ ਤੂੰ ਮੇਰਾ ਸ਼ਿਕਾਇਤ ਹੈ, ਆਮ ਮਿਠਾਈ ਲੈ ਕੇ ਮੇਰੇ ਦੇਣ 'ਚ ਸੀ ਕਿ ਮੈਨੂੰ ਕਹਿਣਗੇ ਗਾਣਾ ਲੈ ਕੇ ਆ, ਕੱਪੜੇ ਲੈ ਕੇ ਆ, ਰੁਮਾਲ ਲੈ ਕੇ ਆ, ਤੇ ਮੈਨੂੰ ਕਹਿੰਦੇ ਪੁੱਤਰ ਅੱਜ ਤੋਂ ਤੇਰਾ ਨਾਮ ਕੌਡੂ ਹੈ, ਤੇ ਸੱਚ ਨਹੀਂ ਛੱਡਣਾ ਤੇ ਨਮਾਜ਼ ਨਹੀਂ ਛੱਡਣੀ, ਤੇ ਮੈਂ ਕਹਿੰਦੀ ਇਹ ਕੀ ਤੁਸੀਂ ਦਵਾਈ ਵਰਗਾ ਨਾਂ ਰੱਖਤਾ ਕੌਡੂ, ਕਹਿੰਦੇ ਪੁੱਤਰ ਚੁੱਪ ਇਹਦੇ 'ਚ ਹੀ ਅੱਲਾ ਬਰਕਤ ਪਾਏਗਾ, ਫਿਰ ਅੱਲਾ ਦੀ ਐਸੀ ਵੀ ਰਹਿਮਤ ਹੋਈ ਕਿ 7 ਵਾਰੀ ਉਹਨਾਂ ਨਾਲ ਮਤਲਬ ਯੂਰਪ ਅਮੈਰੀਕਾ ਕੈਨੇਡਾ ਦੁਨੀਆ ਫੇਰੀ ਪੂਰੀ, ਹਾਂਜੀ
ਭਾਈ ਸਾਹਿਬ ਦੇ ਨਾਲ ਹੀ ਹਾਜੀ ਲਬੇਲਾ ਸਾਹਿਬ ਦੇ ਨਾਲ। ਵਾਹ 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 ਸਰ। ਜਵੇਦ ਸਾਹਿਬ, ਅਸੀਂ ਜਾਂ ਮੈਂ ਜਾਂ ਇਹਨਾਂ ਨੇ ਸ਼ੁਗਲ ਮੇਲਾ ਕੀਤਾ, ਬੱਚਾ ਵਾ ਇੱਕ ਹੋਰ ਗਿਆ ਬਾਹਰੋਂ, ਅਤੇ ਅਸੀਂ ਸਿਰਫ ਇਸ ਤੋਂ ਕਿ ਸਾਡੇ ਪ੍ਰੋਗਰਾਮ ਲੋਕ ਦੇਖਦੇ ਨੇ, ਜਿਹੜਾ ਹੱਸਦੇ ਖੇਡਦੇ ਨੇ, ਸਾਡੀ ਕੋਈ ਗੱਲ ਤੁਹਾਨੂੰ ਬੁਰੀ ਲੱਗੀ ਹੋਵੇ? ਮੈਂ ਕਹਿੰਦਾ ਜੀ ਤੁਸੀਂ ਲੋਕਾਂ ਨੂੰ ਅੱਲਾ ਦੀ ਰਹਿਮਤ ਨਾਲ ਖੁਸ਼ ਕਰਦੇ ਹੋ, ਲੋਕਾਂ ਨੂੰ ਹਸਾਉਂਦੇ ਹੋ। ਨਹੀਂ, ਤੁਹਾਡੇ ਨਾਲ ਅਸੀਂ ਜਿਹੜਾ ਫਨ ਕੀਤਾ ਤੁਹਾਨੂੰ ਮੈਂ ਚੁੱਕ ਵੀ ਲਿਆ ਸਾਰਾ ਕੁਛ। ਇਹ ਕੋਈ ਬਦਤਮੀਜ਼ ਨਹੀਂ ਆਇਆ, ਕਿਉਂਕਿ ਉਹ ਮਾਯੂਬ ਹਰਕਤ ਲੱਗਦੀ ਜਿੱਦਾਂ ਦਿਲ ਅਦਾਰੀ ਹੋਵੇ, ਡਿਸਰਿਸਪੈਕਟ ਜਿਹੜੀ। ਹਾਂ, ਤੇ ਤੁਸੀਂ ਤੇ ਮਾਸ਼ਾਅੱਲਾ ਇਹ ਗੱਲਾਂ ਬਾਤਾਂ ਕੀਤੀਆਂ, ਗੱਲਾਂ ਬਾਤਾਂ ਬਿਹਤਰੀਨ ਹੋਈਆਂ। ਔਰ ਬਲਕਿ ਤੁਸੀਂ ਇਹ ਜਿਹੜੇ ਪ੍ਰੋਗਰਾਮ ਕਰਦੇ ਹੋ ਉਹ ਮੈਂ ਕਈ ਵਾਰੀ ਨਾ ਬੇਸਾਖਤਾ ਕਈ ਵਾਰੀ ਬਹੁਤ ਜ਼ਿਆਦਾ ਸਾਡੇ ਉਹ ਦੇਖ ਕੇ ਪ੍ਰੋਗਰਾਮ। ਹਾਂਜੀ, ਅੱਛਾ, ਤੇ ਇਹੋ ਜਿਹਾ ਹੋਣਾ ਚਾਹੀਦਾ ਸਭ। ਨਹੀਂ, ਉਹ ਸਾਡੇ ਨਾਜ਼ਰੀਨ ਇੰਨੇ ਬਰੀਕ ਨੇ, ਮਾਸ਼ਾਅੱਲਾ ਇੰਨੇ ਖੂਬਸੂਰਤ ਲੋਕ ਨੇ, ਇੰਨੇ ਜ਼ਿਆਦਾ ਰਿਸਪੈਕਟ ਮਤਲਬ ਕਰਨਾ ਵੀ ਜਾਣਦੇ ਨੇ ਔਰ ਦੇਖਦੇ ਨੇ ਕਿ ਉਹ ਉਹਨਾਂ ਨੂੰ ਵੀ ਬੁਰੀ ਲੱਗ ਜਾਏ ਮੈਨੂੰ ਤਾਂ ਵੀ ਪ੍ਰੋਬਲਮ ਹੁੰਦੀ। ਇਸ ਤੋਂ ਮੈਂ ਔਨ ਏਅਰ ਹੀ ਤੁਹਾਡੇ ਕੋਲੋਂ ਨਾ ਮਾਜ਼ਰਤ ਕਰ ਰਿਹਾ ਕਿ ਕੋਈ ਸਾਡੇ ਕੋਲ ਹੋ ਗਈ ਹੋਵੇ, ਤੇ ਲੇਕਿਨ ਇਹ ਕਿ ਤੁਸੀਂ ਸਾਡੇ ਸੀਨੀਅਰ ਹੋ ਔਰ ਤੁਸੀਂ ਅਸੀਂ ਤੁਹਾਡੇ ਕੋਲ ਬਹੁਤ ਕੁਝ ਸਿੱਖਿਆ ਔਰ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਨੇ ਲਾਈਫ ਦੇ ਵਿੱਚ ਇਸ ਤੋਂ ਵੀ ਬਹੁਤ ਕੁਝ ਸਿੱਖਣਾ ਚਾਹੀਦਾ ਸਾਨੂੰ। ਤੇ ਹੁਣ ਆਖਰੀ ਜਿਹੜੀ ਇੱਕ ਗੱਲ ਹੈ ਜਵਾਬ ਉਹ ਤੁਹਾਡੇ ਕੋਲ ਮੈਨੂੰ ਚਾਹੀਦਾ ਹੈ ਸਵਾਲ ਦਾ, ਕਿ ਅੱਜ ਦੇ ਕਾਮੇਡੀਅਨਸ, ਤੁਸੀਂ ਦੋਵਾਂ ਪਾਸੇ ਕੰਮ ਕੀਤਾ, ਯਾਨੀ ਉਸ ਖੇਪ ਦੇ ਨਾਲ ਵੀ ਕੰਮ ਕੀਤਾ ਅਮਾਨੁੱਲਾ ਸਾਹਿਬ, ਤਾਰਕ ਜਵੇਦ ਸਾਹਿਬ, ਉਹ ਸਾਰੇ, ਉਸ ਤੋਂ ਬਾਅਦ ਜਿਹੜਾ ਚੇਂਜ ਹੋਇਆ ਜਿਹਦੇ 'ਚ ਨਵੇਂ ਬੱਚੇ ਆਏ, ਹੁਣ ਤਾਂ ਹੋਰ ਚੇਂਜ ਹੋ ਗਿਆ ਨਾ, ਅਤੇ ਉਹ ਜਿਹੜਾ ਬਾਅਦ ਵਾਲਾ ਸੀ, ਇਹਨਾਂ ਦੋਵਾਂ ਦੇ ਨਾਲ ਤੁਸੀਂ ਕੰਮ ਕੀਤਾ, ਕੀ ਫਰਕ ਹੈ ਦੋਵਾਂ ਦੇ ਵਿੱਚ ਕਾਮੇਡੀ 'ਚ, ਜਾਂ ਕੀ ਐਸਾ ਤੁਸੀਂ ਤੁਹਾਨੂੰ ਲੱਗਦਾ ਕਿ ਇਹ ਸਹੀ ਹੋਇਆ, ਕਿਉਂਕਿ ਦੌਰ ਨਵਾਂ ਆ ਗਿਆ, ਟੈਕਨੋਲੋਜੀ ਨਵੀਂ ਆ ਗਈ, ਲੇਕਿਨ ਇਹ ਚੀਜ਼ ਜਿਹੜੀ ਨਾ ਅਸੀਂ ਪਿੱਛੇ ਕਿਤੇ ਭੁੱਲ ਆਏ? ਪਹਿਲੇ ਮਿਲਾਵਟ ਨੇ ਸੀ, ਹੁਣ ਮਿਲਾਵਟ ਇੱਥੇ ਨਹੀਂ, ਨਹੀਂ ਹਰ ਚੀਜ਼ 'ਚ ਮਿਲਾਵਟ, ਉਹ ਦੁੱਧ 'ਚ, ਦਵਾਈਆਂ 'ਚ, ਅਤੇ ਜੇ ਜੋ ਅਸੀਂ ਮਿਲਾਵਟ ਖਾ ਰਹੇ ਨੇ ਮਿਲਾਵਟ ਹੀ ਬਾਹਰ ਆਉਣੀ, ਉਦੋਂ ਮਿਲਾਵਟ ਨਹੀਂ ਸੀ ਹੁੰਦੀ, ਇੱਕੋ ਕੰਮ ਬਾਹਰ ਆਉਂਦਾ ਸੀ। ਵਾਹ 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 ਸਰ, ਤੁਸੀਂ ਕਿੰਨੇ ਭਰਾ ਦੱਸੇ ਸੀ ਆਪਣੇ? ਕਿਉਂ ਤੁਹਾਡੇ ਵੱਲ ਦੰਦ ਲੈ ਕੇ ਆਣੀ? ਖੁਸ਼ੀਆਂ ਗੁਮਾਨ ਦੇ ਗੁਮਾਨ ਦੇ ਵਿੱਚ ਵੀ ਇੰਨੀਆਂ ਖੁਸ਼ੀਆਂ। ਰੱਬ ਦੇ ਘਰ ਕਿੰਨੀ ਵਾਰੀ ਗਏ ਲਾਈਫ 'ਚ? ਉਮਰੇ ਵੀ ਤਿੰਨ ਪੰਜ ਇੱਕ ਅੱਜ ਬਹੁਤ ਪਿਆਰੇ ਇਨਸਾਨ ਨੇ ਔਰ ਇਹਨਾਂ ਨੇ ਬਿਲਕੁਲ ਉਹੀ ਗੱਲ ਜਿਹੜੀ ਮੈਂ ਅੱਗੇ ਕਿਹਾ ਉਹਨਾਂ ਨੇ, ਕਿ ਮੇਰੀ ਕਿਸਮਤ ਐਸੀ ਹੈ ਕਿ ਮੈਨੂੰ ਜਿਹੜੇ ਵੀ ਹੁਣ ਤੱਕ ਗੈਸਟ ਆਏ ਨੇ ਨਾ, ਉਹਨਾਂ ਨੇ ਮੈਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਵੀ ਅਸੀਂ ਕੋਈ ਏਡੇ ਭਾਰੇ ਗੈਸਟਾਂ ਦੇ, ਤੁਹਾਡੇ ਤੇ ਕੋਈ ਫੌਕ ਸਾਡਾ ਜਾਂ ਸਾਡੇ ਡਰ ਨਹੀਂ। ਸਾਨੂੰ ਉਹਨਾਂ ਨੇ ਪੂਰਾ ਮਾਰਜਨ ਦਿੱਤਾ ਕਿ ਬੇਟਾ ਖੇਲੋ ਜਿੱਦਾਂ ਮਰ, ਲੇਕਿਨ ਫਿਰ ਵੀ ਕੋਈ ਗੱਲ ਐਸੀ ਮੂੰਹ ਨਿਕਲ ਗਈ ਹੋਵੇ ਜਿਹਦੇ ਨਾਲ ਤੁਹਾਡੀ ਦਿਲੋਜ਼ਾਰੀ ਹੋਈ ਹੋਵੇ, ਸਰ ਤੁਹਾਡੀ ਵੀ ਔਰ ਤੁਹਾਡੀ ਵੀ, ਤੇ ਸਾਨੂੰ ਮਾਫ ਕਰ ਦੇਣਾ। ਇਨਸ਼ਾਅੱਲਾ ਅਗਲੇ ਪ੍ਰੋਗਰਾਮ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਸਰ, ਕੋਈ ਇੱਕ ਗੱਲ ਇਸ ਤੋਂ ਬਾਅਦ ਆਪਾਂ ਕਰਨੀ ਹੈ ਇਹਨਾਂ ਨੂੰ, ਪਹਿਲੇ ਆਪਾਂ ਜ਼ਿਆਦਾ ਲਓ ਜੀ। ਓਕੇ, ਅੱਲਾ ਹਾਫਿਜ਼ ਜੀ। ਅੱਛਾ, ਮੈਂ ਤੁਹਾਨੂੰ ਬਲਕਿ ਮੈਂ ਇੱਕ ਮਿੰਟ ਵਾਪਸ ਲਿਆਓ ਕੈਮਰੇ, ਮੈਂ ਉਦਾਂ ਹੀ ਛੱਡ ਕੇ ਆਉਣਾ ਜਿਹਦੇ ਲੈ ਕੇ ਗਿਆ ਸੀ। ਠਹਿਰੋ ਜ਼ਰਾ, ਕੌਡੂ ਸਾਹਿਬ ਆ ਜਾਓ, ਉੱਠੋ ਉੱਠ ਮੇਰੇ ਬੇਲੀਆ, ਉੱਠ ਮੇਰੇ ਬੇਲੀਆ। ਲਓ ਜੀ ਨਾਜ਼ਰੀਨ।
ਵਾਈਟ ਅਪ ਆ ਮੈਸੇਜ ਕਰਾਂਗੇ ਆਪ ਬਿਲਾਗਲਾ ਆਪਣਾ ਦਾਨੀ ਸਾਹਿਬ ਜੀ ਸਰ ਜੀ ਮੈਨੂੰ ਲੈ ਕੇ ਵੀ ਇੰਦ ਆਏ ਹੋ ਹੁਣ ਲੈ ਕੇ ਵੀ ਇੰਦ ਜਾ ਰਹੇ ਹੋ ਮੈਂ ਤੁਹਾਡੀ ਉਮੀਦਾਂ ਤੇ ਪੂਰਾ ਨਹੀਂ ਉਤਰਿਆ ਉਮੀਦਾਂ ਤੇ ਤੁਸੀਂ ਪੂਰੇ ਉਤਰੇ ਹੋ ਸਾਡੀ ਜਿੰਨੀ ਕੌਮ ਆ ਸਾਰੀਆਂ ਦੀਆਂ ਉਮੀਦਾਂ ਤੇ